ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਇੱਕ ਵਾਰ ਫਿਰ ਸਬਜ਼ੀਆਂ ਦੇ ਜਿਹੜੇ ਭਾਅ ਆ ਉਹ ਆਸਮਾਨ ਨੂੰ ਛੂਹ ਲੱਗ ਗਏ ਆ, ਤਾਂ ਜਿਹੜਾ ਆਮ ਬੜੀ ਮਹਿਲਾਵਾਂ ਦਾ ਰਸੋਈ ਦਾ ਜਿਹੜਾ ਬਜਟ ਹੈ ਉਹ ਵੀ ਹੁਣ ਕਾਫੀ ਵੱਧ ਗਿਆ, ਅਤੇ ਉਹਨਾਂ ਦੀ ਸਿੱਧੀ ਸਿੱਧੀ ਜਿਹੜੀ ਆਮ ਲੋਕਾਂ ਦੀ ਜੇਬ 'ਤੇ ਜਿਹੜਾ ਸਿੱਧੀ ਆਰਥਿਕ ਬੋਝ ਪੈ ਗਿਆ। ਹਾਲਾਂਕਿ ਪਿਛਲੇ ਗੱਲਾਂ ਇਹ ਕਹੀ ਸੀ ਵੀ ਗਰਮੀ ਕਰਕੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਲੇਕਿਨ ਹੁਣ ਬਰਸਾਤ ਵੀ ਹੁਣ ਆਉਣ ਵਾਲੀ ਕੁਛ ਹੀ ਦਿਨਾਂ ਵਿੱਚ ਬਰਸਾਤ ਸ਼ੁਰੂ ਹੋਗੀ, ਤਾਂ ਸਬਜ਼ੀਆਂ ਦੇ ਭਾਅ ਹੋਰ ਵਧਣ ਦੀ ਵੀ ਗੱਲ ਜਿਹੜੇ ਸਬਜ਼ੀ ਵਿਕਰੇਤਾ ਉਹ ਦੱਸ ਰਹੇ ਆ। ਤਾਂ ਕਿਤੇ ਨਾ ਕਿਤੇ ਜਿਹੜੀ ਸਬਜ਼ੀ ਜਿਹੜੇ ਆਮ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਸਬਜ਼ੀ ਨੂੰ ਲੈ ਕੇ ਅਤੇ ਕਾਫੀ ਅਤੇ ਆਰਥਿਕ ਬੋਝ ਪੈ ਰਿਹਾ, ਅਤੇ ਗੱਲਬਾਤ ਕਰਾਂਗੇ ਜਿਹੜੇ ਆਮ ਜਿਹੜੇ ਲੋਕ ਸਬਜ਼ੀ ਮੰਡੀ 'ਚ ਸਬਜ਼ੀ ਖਰੀਦਣ ਵਾਸਤੇ ਆਏ ਆ ਅਤੇ ਗੱਲਬਾਤ ਕਰਾਂਗੇ। ਸਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ। ਤਾਂ ਸਬਜ਼ੀ ਖਰੀਦਣ ਆਏ ਸੀ? ਹਾਂਜੀ, ਸਬਜ਼ੀ ਖਰੀਦਣ ਆਏ। ਭਿੰਡੀ ਕੀ ਭਾਅ ਮਿਲ ਰਹੀ ਹੈ? ਭਿੰਡੀ ਇਸ ਵਿੱਚ 40 ਰੁਪਏ ਕਿਲੋ ਹੈਗੀ ਹੈ, ਤੋ ਇਹ ਜ਼ਿਆਦਾ ਮਹਿੰਗੀ, ਅੱਗੇ ਪਹਿਲਾਂ 20 ਰੁਪਏ ਹੁੰਦੀ ਸੀ। ਅੱਛਾ ਜੀ। ਹੁਣ ਜਿਹੜੇ ਆਪਣੇ ਲੈ ਲਓ ਆਪਣੇ ਖੀਰੇ ਵੀ ਥੋੜ੍ਹੇ ਮਹਿੰਗੇ ਹੈਗੇ ਆ, ਸ਼ਿਮਲਾ ਮਿਰਚ 40 ਰੁਪਏ ਹੁੰਦੀ ਸੀਗੀ, ਇਹ ਹੁਣ 80 ਰੁਪਏ ਹੋ ਗਈ ਹੈਗੀ ਆ। ਜਿਹੜੇ ਆਮ ਬੈ ਜਿਹੜੇ 60-70 ਹੁੰਦੇ 100 ਤੋਂ ਉੱਪਰ ਹੋ ਗਏ ਹੈਗੇ ਆ, ਜੋ ਕਿ ਹਰ ਇੱਕ ਚੀਜ਼ ਬਹੁਤ ਮਹਿੰਗੀ ਹੋ ਗਈ ਹੈ। ਕਿਸ ਤਰ੍ਹਾਂ ਦੇ ਘਰ ਦਾ ਵੀ ਘਰ ਦਾ ਥੋੜ੍ਹੀ ਥੋੜ੍ਹੀ ਸਮਾਨ ਲੈ ਕੇ ਜਾਂਦੀ, ਅੱਧਾ ਪਿਆਜ਼ ਜਿਹੜੇ 180 ਰੁਪਏ ਹੋ ਗਏ, ਪਹਿਲਾਂ 100 ਰੁਪਏ ਸੀਗੇ ਅਤੇ 5 ਕਿਲੋ ਲੈ ਜਾਈਦੀ, ਹੁਣ 2.5 ਕਿਲੋ ਜਾਂ 2 ਕਿਲੋ ਕਰਕੇ ਲੈ ਕੇ ਜਾਂਦਾ, ਅੱਧੀ ਸਬਜ਼ੀ ਲੈਣੀ, ਅੱਧੀ ਅੱਧੀ ਲਿਜਾਣੀ ਪੈ ਰਹੀ ਹੈਗੀ। ਇੰਨਾ ਬੋਝ ਪੈ ਗਿਆ? ਇੰਨਾ ਬੋਝ ਪੈ ਗਿਆ। ਹਾਂਜੀ, ਉਹੀ ਕਿਸ ਤਰ੍ਹਾਂ ਦੇਖਦੇ ਹੋ ਵੀ ਘਰ ਦਾ ਬੈਠਾ ਚਲਾਉਣਾ? ਮੈਂ ਰੋਟੀ ਤਾਂ ਹੁਣ ਖਾਣੀ ਪੈਣੀ ਹੈ ਜੀ, ਆਪਣੇ ਪਰਿਵਾਰ ਨੂੰ ਤਾਂ ਪਾਲਣਾ ਹੀ ਆ ਨਾ ਰੋਟੀ ਖਾਣ ਵਾਸਤੇ। ਠੀਕ ਹੈ ਜੀ। ਤਾਂ ਗਰਮੀ ਇਹ ਅਲੱਗ ਹੈ, ਬਰਸਾਤ ਹੋਰ ਮਹਿੰਗੀ ਹੋ ਜਾਊਗੀ, ਤਾਂ ਫਿਰ ਹੋਰ ਸਬਜ਼ੀ। ਹਾਂਜੀ, ਉਹ ਤਾਂ ਹੈ, ਸਹੀ ਗੱਲ ਆਪਣੀ, ਕਿਹਾ ਦੇਖਦੇ ਹੋਗੇ ਤਾਂ ਫਿਰ ਉਹ ਗੁਜ਼ਾਰਾ ਕਰਨਾ ਹੀ ਪੈ ਰਿਹਾ ਕਿਸ ਤਰੀਕੇ ਨਾਲ, ਆਪਣੇ ਪਰਿਵਾਰ ਦਾ ਨਾ ਗੁਜ਼ਾਰਾ ਕਰਨਾ ਹੀ, ਥੋੜ੍ਹੀ ਥੋੜ੍ਹੀ ਲੈ ਕੇ ਜਾ ਰਹੇ ਹਾਂ, ਥੋੜ੍ਹਾ ਥੋੜ੍ਹਾ ਖਾ ਰਹੇ ਹਾਂ ਸਬਜ਼ੀ ਜ਼ਿਆਦਾ। ਪਹਿਲਾਂ ਪਿਆਜ਼ ਜ਼ਿਆਦਾ ਪਾਈ ਦੇ, ਬਹੁਤ ਘੱਟ ਪਾਈ ਦੇ ਆ, ਹਰ ਇੱਕ ਚੀਜ਼ ਹੋ ਗਏ ਬਹੁਤ ਮਹਿੰਗੀ ਹੋ ਗਈ, ਆਰਥਿਕ ਬੋਝ ਪੈ ਰਿਹਾ, ਬੋਝ ਪੈ ਰਿਹਾ। ਹਾਂਜੀ, ਉਹ ਤਾਂ ਸਹੀ ਗੱਲ ਹੈ। ਘਟਣ ਦੇ ਕੋਈ ਸੰਭਾਵਨਾ ਨਹੀਂ ਜਿੱਦਾਂ ਯਾਰ ਹੀ ਫਿਰ ਤਾਂ ਮੈਨੂੰ ਲੱਗਦਾ ਨਹੀਂ ਘਟਣ ਦੀ ਕੋਈ ਸੰਭਾਵਨਾ ਹੋਵੇ ਜੀ। ਹੁਣ ਚੋਣਾਂ ਤੋਂ ਬਾਅਦ ਤਾਂ ਇੱਕਦਮ ਸਬਜ਼ੀ ਹਰ ਇੱਕ ਚੀਜ਼ ਮਹਿੰਗੀ ਹੋ ਗਈ, ਮਹਿੰਗੀ ਹੋ ਗਈ, ਹਰ ਇੱਕ ਚੀਜ਼ ਮਹਿੰਗੀ ਹੋਈ, ਕੋਈ ਚੀਜ਼ ਘਟੀ ਨਹੀਂ ਹੈਗੀ ਹੈ। ਸੋ ਆਓ ਹੋਰ ਵੀ ਗੱਲਬਾਤ ਕਰਦੇ, ਜਿਹੜੀ ਸਬਜ਼ੀ ਆਮ ਜਿਹੜੀ ਮਹਿਲਾਵਾਂ ਵੀ ਸਬਜ਼ੀ ਖਰੀਦਦੇ ਸੀ, ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਮਹਿਲਾਵਾਂ ਵੀ ਖਰੀਦਣ ਆਈ ਆ। ਟਮਾਟਰ ਦੀ ਗੱਲ ਕਰਦੇ ਹਾਂ, ਟਮਾਟਰ ਜਿਹੜਾ 20 ਰੁਪਏ ਕਿਲੋ ਜਿਹਾ ਮਿਲਦਾ ਸੀ, ਇਸ ਟਾਈਮ ਜਿਹੜਾ ਟਮਾਟਰ ਦਾ ਭਾਅ ਵੀ 40 ਤੋਂ 50 ਰੁਪਏ ਜਿਹੜਾ ਵਧੀਆ ਭਾਅ, ਜਿਹੜਾ 50-60 ਰੁਪਏ ਤੱਕ ਪਹੁੰਚਣ ਦੇ ਆਸ ਲੱਗ ਰਹੇ ਆ, ਅਤੇ ਕਾਫੀ ਜਿਹੜੀ ਸਬਜ਼ੀਆਂ ਮਹਿੰਗੀਆਂ ਹੋ ਗਈ ਜਾ ਰਹੀਆਂ, ਅਤੇ ਸਿੱਧੀ ਸਿੱਧੀ ਆਰਥਿਕ ਬੋਝ ਵੀ ਆਮ ਲੋਕਾਂ ਦੀ ਪੈ ਰਿਹਾ ਹੈਗਾ। ਕੀ ਖਰੀਦਣ ਆਏ ਸੀ ਜੀ? ਹਾਂਜੀ, ਕੀ ਖਰੀਦਣ ਆਏ ਸੀ? ਬੋਲੋ। ਸਬਜ਼ੀ ਲੈਣ ਆਇਆ। ਸਬਜ਼ੀ ਮਹਿੰਗੀ ਹੋ ਗਈ ਹੈ? ਉਹ ਸਾਰੀ ਚੀਜ਼ ਮਹਿੰਗੀ ਹੋਈ ਹੈ, ਸਾਰੀ ਮਹਿੰਗੀ। ਪਹਿਲਾਂ ਟਮਾਟਰ ਕੀ ਭਾਅ ਸੀ? 20 ਰੁਪਏ ਕਿਲੋ ਰਹਿੰਦੇ ਸੀ। ਹਾਂਜੀ, ਤੇ ਹੁਣ ਇਸ ਟਾਈਮ ਕੀ ਭਾਅ ਆ? ਹੁਣ ਤਾਂ 30-40 ਬੋਲ ਦੇ। ਹਾਂਜੀ, ਕੀ ਕੀ ਹੋਊਗੀ ਭਾਅ? 40 ਰੁਪਏ ਕਿਲੋ। ਕਿਹੜੇ ਡੱਬੇ ਦਾ ਟਮਾਟਰ? ਅੜੇ ਕੀ ਲੈਣ ਆਏ ਸੀ ਤੁਸੀਂ? ਅੜੇ ਕੀ ਲੈਣਾ ਸੀ? ਕੀ ਟਮਾਟਰ ਲੈ ਰਹੇ? ਪਹਿਲਾਂ ਕੀ ਭਾਅ ਸੀ? 20 ਰੁਪਏ ਕਿਲੋ ਟਮਾਟਰ ਸੀ ਪਹਿਲਾਂ? ਹੁਣ ਪਹਿਲਾਂ ਹਾਂਜੀ 5 ਵੀ ਮਿਲੇ, 10 ਵੀ ਮਿਲੇ ਆ, ਹੁਣ ਮਹਿੰਗਾ ਹੋ ਗਿਆ। 5-10 ਕਿਲੋ ਮਿਲੇ, ਹੁਣ ਕੀ ਭਾਅ ਦੱਸ ਰਹੇ ਆ? ਹੁਣ ਇਹ ਤਾਂ ਜਿਹੜਾ ਹਲਕਾ ਉਹ 10 ਆ, ਜਿਹੜਾ ਵਧੀਆ 20 ਰੁਪਏ ਆ, 30 ਰੁਪਏ ਆ, ਹਾਂਜੀ 40 ਰੁਪਏ ਵੀ ਆ। ਕਿਸਾ ਦੇਖ ਰਹੇ ਹੋ ਸਬਜ਼ੀ ਲਗਾਤਾਰ ਮਹਿੰਗੀਆਂ ਹੋ ਰਹੀਆਂ? ਹਾਂਜੀ, ਸਾਰੀਆਂ ਸਬਜ਼ੀਆਂ, ਸ਼ਿਮਲਾ ਮਿਰਚ 120 ਰੁਪਏ ਕਿਲੋ। ਅੱਛਾ, ਤੇ ਟਿੰਡੇ ਕਰੇਲੇ ਸਾਰੀਆਂ ਹੀ ਮਹਿੰਗੀਆਂ, ਅਰਬੀਆਂ 60 ਰੁਪਏ ਕਿਲੋ ਆ। ਹਾਏ, ਸਬਜ਼ੀ ਬੋਝ ਪੈ ਰਿਹਾ। ਹਾਂਜੀ, ਹੁਣ ਕਿੰਨਾ ਅੱਗੇ ਤੁਸੀਂ ਲੈਣੇ? 2-2 ਕਿਲੋ ਹੁਣ ਕਿੰਨੀ ਸਬਜ਼ੀ ਕੱਟ? ਭਾਈਆ ਭਾਈਆ ਅੱਧਾ ਕਿਲੋ ਮਸਾਲਾ ਲੈ ਕੇ ਜਾਂਦੇ ਬਸ। ਇਹਨੀ ਸਬਜ਼ੀ ਮਹਿੰਗੀ ਹੋ ਗਈ ਹੈ? ਹਾਂਜੀ, ਗਰਮੀ ਕਰਕੇ ਹੋ ਗਈਆਂ ਨਾ ਸਬਜ਼ੀਆਂ ਮਹਿੰਗੀਆਂ। ਤਾਂ ਗਰਮੀਆਂ ਹੁਣ, ਬਰਸਾਤਾਂ ਸ਼ੁਰੂ ਹੋ, ਫਿਰ ਮਹਿੰਗੀ, ਫਿਰ ਜ਼ਿਆਦਾ ਹੋ ਜਾਣੀਆਂ, ਹੋਰ ਫਿਰ ਤਾਂ ਹੋਰ ਹੀ ਬਹੁਤ ਅੱਗ ਲੱਗਣੀ ਸਬਜ਼ੀਆਂ ਨੂੰ। ਹਾਂਜੀ, ਕਿੱਡੀ ਬੋਝ ਪਿਆ ਆਮ ਲੋਕਾਂ ਦੇ ਜੀਵਨ ਦੇ ਪਿਆ। ਗਰੀਬ ਆਦਮੀ ਵਾਸਤੇ ਤਾਂ ਹਰ ਕੋਈ ਮੁਸੀਬਤ ਆ ਵੀਰੇ। ਗਰੀਬ ਆਦਮੀ ਨੇ ਜਿਹਨੇ 2 ਦਿਹਾੜੀ ਵਿੱਚ ਟੱਪਾ ਕਰਨਾ, ਉਹ ਵਿਚਾਰਾ ਕਿੱਥੋਂ ਨਿਭਾਏਗਾ? ਨਹੀਂ, ਮਹਿੰਗੀਆਂ ਸਬਜ਼ੀਆਂ ਆਪਣੇ ਬੱਚਿਆਂ ਦਾ ਕਿੱਥੋਂ ਢਿੱਡ ਭਰੂਗਾ? ਸਹੀ ਸਬਜ਼ੀ ਵੀ ਖਰੀਦਣੀ? ਹਾਂਜੀ, ਹਰ ਸਾਲ ਸਾਰੀਆਂ ਸਬਜ਼ੀਆਂ ਮਹਿੰਗੀਆਂ ਵੀਰੇ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਆਮ ਜਿਹੜੇ ਲੋਕ ਜਿਹੜੇ ਸਬਜ਼ੀ ਖਰੀਦਣ ਆਏ ਆ, ਅਤੇ ਗੱਲਬਾਤ ਕਰਾਂਗੇ, ਖੋ ਸਰਦਾਰ ਜੀ ਹੈ, ਗੱਲਬਾਤ ਕਰਾਂਗੇ। ਸਰਦਾਰ ਜੀ, ਕੀ ਨਾਮ ਤੁਹਾਡਾ? ਗੁਰਮੀਤ ਸਿੰਘ। ਨਿੰਬੂ ਲੈ ਰਹੇ ਹੋ? ਹਾਂਜੀ। ਪਹਿਲਾਂ ਕੀ ਭਾਅ ਸੀ ਤਾਂ ਹੁਣ ਕੀ ਭਾਅ ਆ? ਪਹਿਲਾਂ 40 ਵੀ ਅਸੀਂ 80 ਰੁਪਏ ਕਿਲੋ ਲੈ ਰਹੇ।
ਹਾਂਜੀ ਕਿੰਨਾ ਸਿੱਧੀ ਡਬਲ ਰੇਟ ਵੱਧ ਗਿਆ ਡਬਲ ਹੋ ਗਿਆ ਜੀ ਕੰਮ ਤਾਂ ਬਰਸਾਤਾਂ ਸ਼ੁਰੂ ਹੋਈਆਂ ਇਹ ਰੇਟ ਆ ਜੇ ਬਰਸਾਤਾਂ ਸ਼ੁਰੂ ਹੋ ਗਏ ਤਾਂ ਹੋਰ ਰੇਟ ਵੱਧ ਫਿਰ 150 ਦਾ ਗੇੜ ਜਾਊਗਾ ਜੀ 150 ਹੋਊਗਾ ਹਾਂਜੀ ਹਾਂਜੀ ਅੱਗੇ ਤੁਸੀਂ ਕਿੰਨਾ ਖਰੀਦੇ ਤਾਂ ਹੁਣ ਕਿੰਨਾ ਖਰੀਦਦੇ ਹੋ ਅੱਗੇ 2-2.5 ਕਿਲੋ ਦੇਵਾਂਗੇ ਅੱਧਾ ਕਿਲੋ ਅੱਧਾ ਕਿਲੋ ਇੰਨਾ ਭਾਅ ਘੱਟ ਗਿਆ ਹਾਂਜੀ ਬੜਾ ਤਾਂ ਪੈਂਦਾ ਹੀ ਹੈ ਜੀ ਉਹਦਾ ਮਹਿੰਗਾ ਹਾਂਜੀ ਹੋਰ ਬਾਕੀ ਸਬਜ਼ੀਆਂ ਕਿੱਦਾਂ ਉਹ ਵੀ ਮਹਿੰਗੀਆਂ ਹੋਈ ਜਾਂਦੀਆਂ ਥੋੜ੍ਹੇ ਸਾਰੇ ਮਹਿੰਗੇ ਹੋਈ ਜਾਂਦੇ ਜੀ 40 ਰੁਪਏ ਘੱਟ ਕੋਈ ਚੀਜ਼ ਹੈ ਜੀ ਚੱਲ ਉੱਪਰ ਉੱਪਰ ਸਾਰੀਆਂ ਹੈਗੀਆਂ ਜਿਹੜੀ ਦਾ ਕੱਲ੍ਹ 10 ਰੁਪਏ ਕਿਲੋ ਆ 40 ਰੁਪਏ ਕਿਲੋ ਚੀਜ਼ ਤਾਂ ਆਮ ਬੰਦਾ ਸਬਜ਼ੀ ਜਲਦੀ ਖਰੀਦ ਸਕਦਾ ਬਹੁਤ ਔਖਾ ਹੈ ਜਿਹੜਾ ਬੰਦਾ ਮਿਹਨਤ ਕਰਕੇ 300 ਕਮਾਉਣਾ ਉਹਨੂੰ ਔਖਾ ਹੈ ਅਗਰ ਅਤੇ ਬਰਸਾਤਾਂ ਸ਼ੁਰੂ ਹੋ ਗਈ ਫਿਰ ਮਹਿੰਗੀ ਸਬਜ਼ੀ ਹੋ ਜੂਗੀ ਹਾਂਜੀ ਤੁਹਾਡੇ ਮਹਿੰਗੇ ਹੋਣਗੇ ਤੁਹਾਡੇ ਖਰਾਬ ਹੋਣੇ ਆ ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਬਜ਼ੀ ਮੰਡੀ ਦੀਆਂ ਲੁਧਿਆਣੇ ਦੀਆਂ ਜਿੱਥੇ ਆਮ ਬੜੇ ਲੋਕ ਸਬਜ਼ੀਆਂ ਖਰੀਦਣ ਆਏ ਆ ਲੇਕਿਨ ਸਬਜ਼ੀਆਂ ਦੇ ਜਿਹੜੇ ਭਾਅ ਹੈਗੇ ਆ ਉਹ ਇਸ ਟਾਈਮ ਅਸਮਾਨ ਨੂੰ ਛੂਹ ਲੱਗੇ ਫਿਲਹਾਲ ਗਰਮੀ ਪਹਿਲਾਂ ਗਰਮ ਦੱਸਿਆ ਜੀ ਲੇਕਿਨ ਕੁਛ ਹੀ ਦਿਨਾਂ ਦੇ ਵਿੱਚ ਬਰਸਾਤ ਦਸਤਕ ਦੇਣੀ ਹੈ ਅਤੇ ਬਰਸਾਤ ਤੋਂ ਬਾਅਦ ਸਬਜ਼ੀਆਂ ਦੇ ਭਾਅ ਹੋਰ ਅਸਮਾਨ ਨੂੰ ਛੂਹਣ ਲੱਗ ਪਊਗੇ ਤਾਂ ਉਸ ਟਾਈਮ ਕੀ ਹਾਲਾਤ ਹੋਊਗੇ ਤੁਸੀਂ ਖੁਦ ਸੋਚ ਸਕਦੇ ਹੋ ਤਾਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਹੋਰ ਸਬਜ਼ੀਆਂ ਭਾਅ ਬੇਟਾ ਗੋਭੀ ਕੀ ਭਾਅ ਚੱਲ ਰਹੀ ਹੈ 60 ਰੁਪਏ ਪਹਿਲੇ ਕਿਆ ਭਾਅ ਸੀ ਪਹਿਲੇ 15-10-20 ਅਬ 60 ਰੁਪਏ ਹੋ ਗਈ ਹਾਂ ਅਬ ਆਗੇ ਔਰ ਵੱਧ ਸਕਦੀ ਸਬਜ਼ੀ ਮਹਿੰਗੀ ਹੋ ਸਕਦੀ ਹੈ ਮਹਿੰਗੀ ਹੋ ਸਕਦੀ ਹੈ ਤੁਸੀਂ ਦੇਖ ਸਕਦੇ ਤੁਸੀਂ ਦੇਖ ਸਕਦੇ ਵੀ ਪਹਿਲਾਂ ਜਿਹੜੀ ਗੋਭੀ ਸੀ 15-20 ਰੁਪਏ ਕਿਲੋ ਭਾਅ ਸੀ ਲੇਕਿਨ ਹੁਣ ਇਸ ਟਾਈਮ ਜਿਹੜੀ ਇਹ ਗੋਭੀ ਭਾਅ ਵੀ ਜਿਹੜਾ ਇਸ ਟਾਈਮ 60 ਰੁਪਏ ਪਹੁੰਚ ਚੁੱਕੀ ਹੈ ਕਿਤੇ ਨਾ ਕਿਤੇ ਆਮ ਲੋਕਾਂ ਦੇ ਜੀਵਨ ਦੇ ਵਿੱਚ ਜਿਹੜੀ ਆਰਥਿਕ ਜਿਹੜਾ ਬੋਝ ਪੈ ਰਿਹਾ ਅਤੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦੀ ਸਬਜ਼ੀ ਮੰਡੀ ਹੈ ਜਿੱਥੇ ਆਮ ਬੜੇ ਲੋਕ ਇੱਥੇ ਸਬਜ਼ੀ ਖਰੀਦਣ ਆਉਂਦੇ ਵੀ ਇੱਥੇ ਸਸਤੀ ਸਬਜ਼ੀ ਮਿਲਦੀ ਹੈ ਲੇਕਿਨ ਮੰਡੀ 'ਚ ਆ ਕੇ ਵੀ ਸਬਜ਼ੀਆਂ ਜਿਹੜੇ ਰੇਟ ਹੈ ਉਹ ਆਸਮਾਨ ਛੂਹ ਰਿਹਾ ਜਿਹੜੀ ਘੀਆ ਦੀ ਗੱਲ ਕੀਤੀ ਜਾਂਦੀ ਘੀਆ ਜਿਹੜਾ ਆਮ 20 ਰੁਪਏ ਕਿਲੋ ਮਿਲਦਾ ਸੀ ਇਸ ਟਾਈਮ ਜਿਹੜਾ ਘੀ ਦਾ ਭਾਅ 80 ਰੁਪਏ ਕਿਲੋ ਪਹੁੰਚ ਚੁੱਕਾ ਹੈ ਸ਼ਿਮਲਾ ਮਿਰਚ ਵੀ 120 ਰੁਪਏ ਕਿਲੋ ਪਹੁੰਚ ਗਈ ਅਤੇ ਕਿਤੇ ਨਾ ਕਿਤੇ ਆਮ ਲੋਕਾਂ ਦੀ ਜਿਹੜੀ ਸਿੱਧੀ ਸਿੱਧੀ ਆਰਥਿਕ ਬੋਝ ਪੈ ਰਿਹਾ ਸਬਜ਼ੀਆਂ ਦੇ ਭਾਅ 3 ਗੁਣਾ ਵੱਧ ਗਏ ਅਤੇ ਹਜੇ ਗਰਮੀ ਦਾ ਦੱਸਿਆ ਜਾਂਦਾ ਸੀ ਲੇਕਿਨ ਗਰਮੀਆਂ ਤੋਂ ਬਾਅਦ ਹੁਣ ਬਰਸਾਤ ਸ਼ੁਰੂ ਹੋ ਜੂਗੀ ਬਰਸਾਤ ਦੇ ਵੀ ਸਬਜ਼ੀ ਹੋਰ ਮਹਿੰਗੀ ਹੋ ਸਕਦੀ ਹੈ ਅਤੇ ਫਿਲਹਾਲ ਕੀ ਹਾਲਾਤ ਹੋਣਗੇ ਅੱਗੇ ਬਰਸਾਤ ਆਉਣ 'ਚ ਸਬਜ਼ੀ ਮਹਿੰਗੀ ਹੋ ਜੂਗੀ ਤਾਂ ਕਿਤੇ ਦੇਖਦੇ ਆ ਭਾਅ ਜੀ ਸਬਜ਼ੀ ਕਾਫੀ ਮਹਿੰਗੀ ਹੋ ਗਈ ਕਿਸ ਤਰ੍ਹਾਂ ਦੇਖਦੇ ਹੋ ਪੁੱਛਣ ਆਇਆ ਜੀ ਹਜੇ ਪਤਾ ਨਹੀਂ ਸਾਨੂੰ ਅਜੇ ਉਹਦਾ ਸਬਜ਼ੀ ਮਹਿੰਗੀ ਹੋ ਗਈ ਪਤਾ ਬਿਲਕੁਲ ਜੀ ਬਿਲਕੁਲ ਮੌਸਮ ਦੇ ਅਕੋਰਡਿੰਗ ਫਰਕ ਪਏਗਾ ਜੀ ਭਾਅ ਤਾਂ ਮੌਸਮ ਗਰਮੀ ਇਹ ਹਾਲਾਤ ਆ ਕਿ ਬਰਸਾਤ 'ਚ ਸਬਜ਼ੀ ਹੋਰ ਮਹਿੰਗੀ ਹੋ ਜੂਗੀ ਬਿਲਕੁਲ ਹੋਊਗੀ ਜੀ ਪਿਆਜ਼ ਦੇਖ ਲਓ 100 ਰੁਪਏ ਵੱਟਾ ਹੁੰਦਾ ਸੀਗਾ ਹੁਣ 180-200 ਰੁਪਏ ਹੋ ਗਏ ਹਾਂਜੀ ਹਾਂਜੀ ਕੀ ਆ ਵੀ ਕਹਿੰਦੇ 80 ਰੁਪਏ ਕਿਲੋ ਹੋ ਗਏ ਹਾਂਜੀ ਹਾਂਜੀ ਕਿੰਨੀ ਬੋਝ ਪੈ ਰਹੇ ਆ ਆਮ ਲੋਕਾਂ ਜੀ ਬਿਲਕੁਲ ਪੈ ਰਿਹਾ ਜੀ ਬਿਲਕੁਲ ਪਏਗਾ ਜੀ ਭਾਈ ਕਿਤੇ ਸਬਜ਼ੀ ਕਾਫੀ ਮਹਿੰਗੀਆਂ ਹੋ ਗਈਆਂ ਆਹ ਮੇਰਾ ਪੁੱਤ ਨਾਲ ਆਇਆ ਵਾ ਬੜਾ ਬੁਰਾ ਹਾਲ ਆ ਸਬਜ਼ੀ ਦਾ ਆਹ ਦੇਖੋ ਪਸੀਨਾ ਕਿਵੇਂ ਆ ਇੰਨਾ ਬੁਰਾ ਹਾਲ ਆ ਕਿ ਕਹਿ ਨਹੀਂ ਸਕਦੇ ਅਸੀਂ ਮੋਦੀ ਨੂੰ ਸਪੋਰਟ ਪੂਰੀ ਕੀਤੀ ਆ ਅਤੇ ਕਰ ਵੀ ਰਹੇ ਹਾਂ ਪਰ ਮੋਦੀ ਦਾ ਜਿਹੜਾ ਹਾਲਾਤ ਨੇ ਨਾ ਉਹ ਮੇਰਾ ਖਿਆਲ ਆਉਣ ਵਾਲੇ ਜਿਹੜੇ 5 ਸਾਲ ਨੇ ਉਹ ਸਹੀ ਨਹੀਂ ਹੈਗੇ ਮੈਂ ਬਹੁਤ ਬੁਰਾ ਹਾਲ ਆ ਦੇਖੋ ਆਹ ਛੋਟਾ ਜਿਹਾ ਬੈਗ ਲਿਆਏ ਹਾਂ ਐਡਾ ਲਿਆਉਂਦੇ ਹੁੰਦੇ ਸੀ ਭਰ ਕੇ ਲਿਜਾਂਦੇ ਸੀ ਤੇ ਆਹ ਛੋਟਾ ਜਿਹਾ ਬੈਗ ਹੁਣ ਮੈਂ ਪਾਈਆ 'ਚ ਆ ਗਿਆ 100 ਗ੍ਰਾਮ 'ਤੇ ਵੀ ਆ ਗਏ ਹਾਂ ਹਾਲਾਤ ਨਾ ਪੈਸੇ ਉਹਨੇ ਬਜਟ ਹੈ ਨਹੀਂ ਬਜਟ ਹੈ ਨਹੀਂ ਬਜਟ ਕਿੱਥੋਂ ਲਿਆਈਏ ਆਹ ਦੇਖੋ ਆ ਪੋਤੀ ਆ ਮੇਰੀ ਬਜਟ ਕਿੱਥੋਂ ਲਿਆਈਏ ਮੈਂ ਕਹਿੰਦਾ ਜਦ ਹਾਲਤ ਹੀ ਬੜੇ ਆ ਨਿਆਣੇ ਕਹਿੰਦੇ ਆ ਸਾਨੂੰ ਲੀਚੀ ਲੈ ਦਿਓ ਸਾਨੂੰ ਅੰਬ ਲੈ ਕਿੱਥੋਂ ਲੈ ਦਈਏ ਉਹ ਘੁੰਮ ਕੇ ਆਇਆ ਮੈਂ ਉਹ ਕਹਿੰਦਾ 140 ਰੁਪਏ ਕਿਲੋ ਲੀਚੀ ਉਹ ਕਹਿੰਦਾ 150 ਰੁਪਏ ਉਹ ਕਹਿੰਦਾ 200-250 ਰੁਪਏ ਕਿਲੋ ਲੀਚੀ ਬੱਚੇ ਕਹਿੰਦਾ ਲੀਚੀ ਖਾਣੀ ਆ ਕਿੱਥੋਂ ਲਿਆਵਾਂ ਨਾ ਫਰੂਟ ਲਿਆਇਆ ਹੀ ਨਹੀਂ ਮੈਂ ਲਿਆਇਆ ਹੀ ਨਹੀਂ ਆਲੂ ਵੀ ਮਹਿੰਗੇ ਹੋ ਗਏ ਆਲੂ ਮੈਂ ਕਹਿੰਦਾ ਪੁੱਛੋ ਮੈਂ ਕਹਿੰਦਾ ਸਾਕੀਆ ਸ਼ਿਮਲਾ ਮਿਰਚ ਖੀਰਾ ਹਰ ਚੀਜ਼ ਮਹਿੰਗੀ ਆ ਕਿੱਥੇ ਨੂੰ ਜਾਈਏ ਕਿੱਥੇ ਮਰੀਏ
ਆ ਨਿਆਣੇ ਨੂੰ ਲੈ ਕਿੱਥੇ ਜਾਏ, ਆ ਸਾਡੀ ਕਣਕ ਵੀ ਬੰਦ ਕਰਤੀ ਆਹਦਾ ਕੁੱਤੇ। ਸੋ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਵੀ ਜਿਹੜੇ ਸਬਜ਼ੀ ਜਿਹੜੀ ਕਾਫੀ ਮਹਿੰਗੀਆਂ ਹੋ ਗਈਆਂ ਅਤੇ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਸਿੱਧੀ ਆਰਥਿਕ ਬੋਝ ਪੈ ਰਿਹਾ ਅਤੇ ਕਿਤੇ ਨਾ ਕਿਤੇ ਜਿਹੜਾ ਆਮ ਲੋਕਾਂ ਦੇ ਜੀਵਨ ਦੇ ਸਬਜ਼ੀ ਨੂੰ ਲੈ ਕੇ ਜਿਹੜਾ ਕਾਫੀ ਗਲ ਜਾਂਦੀ ਸੀ। ਭਾਈ ਸਾਹਿਬ ਸ਼ਿਮਲਾ ਮਿਰਚ ਕੀ ਭਾਅ ਚੱਲਦੀ? ਬਰਸਾਤ ਸ਼ੁਰੂ ਫਿਰ ਹੋਰ ਮਹਿੰਗੀ ਹੋ ਸਕਦੀ ਹੈ। ਲੋਕੀ ਕਿੰਨੇ ਖਰੀਦਦੇ ਸੀ, ਹੁਣ ਕਿੰਨਾ ਖਰੀਦਦੇ ਆ? ਪਹਿਲਾਂ ਨਹੀਂ, 1-2 ਕਿਲੋ, ਹੁਣ ਅੱਧਾ ਕਿਲੋ ਲੈਣਾ ਪੈਂਦਾ ਜੀ। ਅੱਧੇ ਨੂੰ ਕਾਫੀ ਰੇਟ ਘੱਟ ਗਿਆ। ਹਾਂਜੀ ਹਾਂਜੀ, ਅਸਰ ਪਿਆ ਦੁਕਾਨਦਾਰੀ 'ਤੇ, ਅਸਰ ਕਾਫੀ ਪਿਆ। ਹਾਂਜੀ ਹਾਂਜੀ, ਬਹੁਤ ਅਸਰ ਪਿਆ। ਬਰਸਾਤਾਂ 'ਚ ਰੇਟ ਵਧੂਗਾ ਹੋਰ? ਤਾਂ ਫਿਰ ਇਹ ਦੁਕਾਨਦਾਰ ਹੈ ਜਿਨ੍ਹਾਂ 'ਤੇ ਹਜੇ ਵੀ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਲੋਕ 2-2-3 ਕਿਲੋ ਸਮਾਨ ਲੈਂਦੇ ਸੀ, ਸਬਜ਼ੀਆਂ ਲੈਂਦੇ ਸੀ, ਹੁਣ ਉਹ ਇਸ ਟਾਈਮ 1/2 ਕਿਲੋ 'ਤੇ ਆ ਗਏ। ਕਿਤੇ ਨਾ ਕਿਤੇ ਆਰਥਿਕ ਬੋਝ ਦੀ ਗੱਲ ਕੀਤੀ ਜਾਂਦੀ ਹੈ ਅਤੇ ਸਬਜ਼ੀਆਂ ਦੇ ਭਾਅ ਗਰਮੀ 'ਚ ਪਹਿਲਾਂ ਕਾਰਨ ਸੀ, ਗਰਮੀ ਵੱਧ ਕੇ ਰੇਟ ਵਧਿਆ, ਲੇਕਿਨ ਹੁਣ ਬਰਸਾਤ ਨੇ ਕੁਛ ਦਿਨਾਂ ਦਸਤਕ ਦੇਣੀ ਤਾਂ ਸਬਜ਼ੀਆਂ ਦੇ ਭਾਅ ਹੋਰ ਵੱਧ ਜਾਂਦੇ ਆ। ਇਹ ਹੈ ਕੀ ਆ ਸਭ ਤੋਂ ਜਿਹੜੀ ਮਹਿੰਗੀ, ਜਿਹੜੇ ਆਮ ਲੋਕ ਘੱਟ ਇੱਕ ਸਬਜ਼ੀ ਖਾਂਦੇ ਆ, ਕੀ ਆ ਇਹਦਾ ਰੇਟ ਵੀ 80 ਰੁਪਏ ਕਿਲੋ ਤੱਕ ਪਹੁੰਚ ਗਿਆ। ਤਾਂ ਕਿਤੇ ਨਾ ਕਿਤੇ ਜਿਹੜੇ ਆਮ ਜਿਹੜੇ ਮਹਿਲਾਵਾਂ ਦੀ ਜਿਹੜੀ ਰਸੋਈ ਦੇ ਬਜਟ ਸਿੱਧਾ ਸਿੱਧਾ ਡਾਕਾ ਆ, ਔਰ ਗਰਮੀਆਂ ਕਰਕੇ ਇੱਕ ਤਾਂ ਦੁਕਾਨਦਾਰਾਂ ਦੀ ਵੀ ਕਮਾਈ 'ਤੇ ਅਸਰ ਹੋਇਆ, ਕਮਾਈ ਘੱਟ ਗਈ ਹੈ ਕਿਉਂਕਿ ਲੋਕਾਂ ਨੇ ਜਿਹੜਾ ਕੁਆਂਟਿਟੀ ਘਟਾਤੀ ਸਬਜ਼ੀਆਂ ਦੀ ਲੈਣ ਵਾਸਤੇ। ਉਸ ਤੋਂ ਬਾਅਦ ਆਮ ਜਿਹੜੇ ਲੋਕਾਂ ਦੇ ਸਿੱਧੀ ਸਿੱਧੀ ਉਹਨਾਂ ਦੀ ਬੋਝ 'ਤੇ ਜਿਹੜਾ ਡਾਕਾ ਵੀ ਪੈ ਚੁੱਕਾ ਹੈ, ਕਿਉਂਕਿ ਬਰਸਾਤ ਨੇ ਹੈ ਕੁਝ ਦਿਨ ਪਹਿਲਾਂ ਦਸਤਕ ਦੇਣੀ ਹੈ ਅਤੇ ਉਸ ਤੋਂ ਪਹਿਲਾਂ ਹੀ ਸਬਜ਼ੀ ਭਾਅ ਇੰਨੇ ਅਸਮਾਨ ਨੂੰ ਛੂਹਣ ਲੱਗੇ ਅਤੇ ਬਰਸਾਤ ਦੇ ਵਿੱਚ ਹੋਰ ਭਾਅ ਵੱਧ ਸਕਦੇ ਆ। ਕੈਮਰਾਮੈਨ ਮੋਨੀਸ਼ ਨਾਲ ਸੰਦੀਪ ਸ਼ਰਮਾ, ਦੈਨਿਕ ਸਾਰ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।